ਇਸ ਵੇਲੇ ਦੀ ਵੱਡੀ ਖਬਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਮਚੀ ਹੋਈ ਹੈ ਉਸ ਵੇਲੇ ਦੀ ਜਦੋਂ ਦੀ ਇੱਕ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆਪਣੇ ਅਹੁਦੇ ਤੋਂ ਜਿਸ ਤੋਂ ਬਾਅਦ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹਰ ਪਾਸੇ ਹਲਚਲ ਮਚ ਗਈ ਹੈ ਕਿ ਅਖਿਰ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦੇ ਦਿੱਤਾ ਹੈ ਹੈਰਾਨੇ ਵਾਲੀ ਕਲਾ ਜੇਕਰ ਅਜੀਹਾ ਹੁੰਦਾ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰੀ ਜੇ ਤੱਕ ਸਿਫਾ ਜੜਾਇਆ ਭਾਜਪਾ ਹਾਈ ਕਮੰਡ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਲੇਕਿਨ ਉਸ ਤੋਂ ਪਹਿਲਾਂ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਸਿਫਾ ਦਿੱਤਾ ਹੈ ਜਾਂ ਨਹੀਂ ਭਾਜਪਾ ਦੇ ਅਗਵਾ ਦੇ ਵੱਲ ਇਸ ਗੱਲ ਦਾ ਖੰਡਨ ਵੀ ਕੀਤਾ ਗਿਆ ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਕਿ ਕਾਂਗਰਸ ਤੋਂ ਸੰਸਦ ਰਾਜਾ ਵੜਿੰਗ ਦੇ ਵੱਲੋਂ ਟਵੀਟ ਕਰਕੇ ਸੁਨ ਜਖ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਕਿਆ-ਕਿਆ ਕੀ 올 ది 베스트 ਵੇਅਰ ਨੇਕਟ ਅੱਗੇ ਵੀ ਪੁੱਛ ਰਹੇ ਨੇ ਕਿ ਹੁਣ ਉਹ ਕਿਸ ਪਾਰਟੀ ਦੇ ਵਿੱਚ ਜਾਣਗੇ ਅਜਿਹਾ ਉਹਨਾਂ ਨੇ ਤੰਜ ਵੀ ਕੱਸਿਆ ਹੋਇਆ ਭਾਜਪਾ ਦੇ ਉੱਪਰ ਵੀ ਕਈ ਸਾਰੇ ਤੰਜ ਕੱਸੇ ਉਹਨਾਂ ਨੇ ਇਸ ਖਬਰ ਨੂੰ ਲੈ ਕੇ ਫਿਲਹਾਲ ਗੱਲ ਕਰਦੇ ਆ ਕਿ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਦੱਸਦੇ ਕਿ ਕਈ ਸਾਰੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਕਿ ਅਸਤੀਫਾ ਜਿਹੜਾ ਸੁਨੀਲ ਜਾਖੜ ਦੇ ਵੱਲੋਂ ਹਜੇ ਤੱਕ ਨਹੀਂ ਦਿੱਤਾ ਗਿਆ ਕਿਉਂਕਿ ਸਵੇਰ ਦੀਆਂ ਜਿਹੜੀ ਖਬਰ ਚੱਲ ਰਹੀ ਸੀ ਅਫਵਾਹਾਂ ਦਸੀਆਂ ਜਾ ਰਹੀਆਂ ਨੇ ਅਰੂਮਰਸ ਦੱਸੇ ਜਾ ਰਹੇ ਨੇ ਕਿ ਖਬਰ ਜੇੜੀਆ ਗਲਤ ਹੈ ਸ਼ਰਾਤੀ ਅੰਸਰਾ ਦੇ ਵੱਲੋਂ ਅੱਜ ਹੀ ਖਬਰ ਫੈਲਾਈ ਗਈ ਹੈ। ਇਸ ਖਬਰ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫਿਰ ਹਿਲਾ ਦਿੱਤਾ ਹੈ ਕਿਉਂਕਿ ਦੱਸਦੀ ਹੈ ਭਾਜਪਾ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਲਈ ਰਣਨੀਤੀ ਬਣਾਉਣ ਦੇ ਲਈ ਮੀਟਿੰਗ ਕੀਤੀ ਜਾ ਰਹੀ ਸੀ। ਇਸ ਮੀਟਿੰਗ ਦੇ ਵਿੱਚੋਂ ਸੁਨੀਲ ਜਾਖੜ ਗੈਰ ਹਾਜ਼ਰ ਰਹੇ। ਕਿਹਾ ਜਾ ਰਿਹਾ ਹੈ ਕਿ ਜੁਲੰਦਰ ਦੀ ਜਿਮਨੀ ਚੋਣ ਤੋਂ ਬਾਅਦ ਕੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਜੀ ਪੀ ਨੱਡਾ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨਗੀ ਛੱਡ ਦੇਣਗੇ। ਅਜਿਹੀਆਂ ਖਬਰਾਂ ਦਾ ਸੂਤਰ ਦੇ ਹਵਾਲੇ ਤੋਂ ਕਿਸੇ ਜਾਖੜ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ ਸੀ ਤੇ ਉਹਨਾਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀਗਾ ਹਾਲਾਂਕਿ ਭਾਜਪਾ ਨੂੰ ਸੂਤਰਾਂ ਦੇ ਮੁਤਾਬਕ ਦੱਸ ਦਈਏ ਕਿ ਭਾਜਪਾ ਨੂੰ ਅਨਿਲ ਸਰੇਨ ਦੇ ਵੱਲੋਂ ਜਾਖੜ ਦੇ ਇਸ ਦੀਫੇ ਦੀ ਖਬਰ ਦਾ ਖੰਡਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਅਜਿਹੀ ਕੋਈ ਗੱਲ ਨਹੀਂ ਹੈ ਸ਼ਾਰਦੀ ਅਨਸਰਾਂ ਦੇ ਵੱਲੋਂ ਅਜੇ ਹੀ ਖਬਰ ਫੈਲਾਈ ਜਾ ਰਹੀ ਹੈ ਜਿਸ ਦੇ ਵਿੱਚ ਕੋਈ ਸੱਚਾਈ ਨਹੀਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁਨੀਲ ਜਾਖੜ ਹੀ ਭਾਜਪਾ ਦੀ ਅਗਵਾਈ ਕਰ ਰਹੇ ਨੇ ਤੇ ਵੱਡੀ ਅਪਡੇਟ ਜੋ ਹੈ ਤੁਹਾਡਾ ਸਾਂਝੀ ਕੀਤੀ ਹੈ ਇਸ ਖਬਰ ਨੇ ਜਿਹੜੀ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਾਰ ਫਿਰ ਤਹਿਲਕਾ ਜ਼ਰੂਰ ਮਚਾ ਦਿੱਤਾ ਹੈ ਫਿਲਹਾਲ ਖੰਡਨ ਕਰ ਦਿੱਤਾ ਗਿਆ ਕਿ ਸੁਨੀਲ ਜਾਖੜ ਦੇ ਵੱਲੋਂ ਕੋਈ ਇਸਤਫਾ ਨਹੀਂ ਦਿੱਤਾ ਗਿਆ